ਦੋਸਤੋ, ਭਾਵੇਂ ਪਾਕਿਸਤਾਨ ਨੇ ਆਪਣੇ ਵਾਲੀ ਸਾਈਡ ਤੋਂ ਕਰੋਨਾ ਕ੍ਰਾਈਸਿਸ ਤੋਂ ਬਾਅਦ 29 ਜੂਨ ਨੂੰ ਦੁਬਾਰਾ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਹੈਗਾ, ਪਰ ਭਾਰਤ ਸਰਕਾਰ ਨੇ ਇਹ ਸਮਝੋ 6 ਮਹੀਨੇ ਲੰਘਣ ਦੇ ਬਾਵਜੂਦ ਵੀ ਅਜੇ ਤਾਈਂ ਫੈਸਲਾ ਨਹੀਂ ਲਿਆ ਹੈਗਾ। ਜਦਕਿ ਅਕਾਲ ਤਖਤ ਦੇ ਜਥੇਦਾਰ, ਹੋਰ ਪੋਲੀਟੀਕਲ ਲੀਡਰਸ ਅਤੇ ਬੁੱਧੀਜੀਵੀਆਂ ਨੇ ਵਾਰ ਵਾਰ ਗੌਰਮੈਂਟ ਆਫ ਇੰਡੀਆ ਨੂੰ ਰਿਕੁਐਸਟ ਕੀਤੀ ਵੀ ਕਰਤਾਰਪੁਰ ਕੋਰੀਡੋਰ ਖੋਲ੍ਹ ਦੇਣਾ ਚਾਹੀਦਾ। ਗੋਲਡਨ ਟੈਂਪਲ 'ਤੇ ਸ਼ਰਧਾਲੂ ਬਹੁਤ ਆਉਂਦੇ ਹੈਗੇ ਆ, ਹੋਰ ਲਗਭਗ ਹਿੰਦੂਆਂ ਦੇ, ਸਿੱਖਾਂ ਦੇ, ਕ੍ਰਿਸਚਨ ਦੇ, ਮੁਸਲਿਮ ਦੇ, ਸਾਰੇ ਜਿਹੜੇ ਧਾਰਮਿਕ ਸਥਾਨ ਇੰਡੀਆ ਵਿੱਚ ਖੁੱਲ੍ਹ ਗਏ ਹੈਗੇ ਆ। ਅਤੇ ਕਰੋਨਾ ਕ੍ਰਾਈਸਿਸ ਦੇ ਮੱਦੇਨਜ਼ਰ ਇਹ ਕਰਤਾਰਪੁਰ ਕੋਰੀਡੋਰ ਨੂੰ ਪਤਾ ਨਹੀਂ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਹੈਗਾ, ਇਹਨੂੰ ਸਿਰਫ ਕੋਵਿਡ ਕਰਕੇ ਇਹ ਬਹਾਨਾ ਬਣਾ ਕੇ ਇਹਨੂੰ ਜਾਣ ਬੁੱਝ ਕੇ ਨਹੀਂ ਖੋਲ੍ਹਿਆ ਜਾਂਦਾ ਹੈਗਾ। ਇਹੋ ਹੀ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹੈਗੇ ਹਾਂ ਵੀ ਜਦੋਂ ਕਿਸਾਨ ਸ਼ਾਂਤੀਮਈ ਸੰਘਰਸ਼ ਦੇ 2 ਮਹੀਨੇ ਇੱਥੇ ਪੰਜਾਬ ਵਿੱਚ ਬੈਠੇ ਰਹੇ, ਰੇਲਾਂ 'ਤੇ ਬੈਠੇ ਰਹੇ, ਰੇਲ ਟਰੈਕਾਂ 'ਤੇ ਬੈਠੇ ਰਹੇ ਹੈਗੇ ਆ, ਸੜਕਾਂ 'ਤੇ ਬੈਠੇ ਰਹੇ, ਉਹਨਾਂ ਨੇ ਵਾਰ ਵਾਰ ਰਿਕੁਐਸਟ ਕੀਤੀ ਸੀ। ਉਦੋਂ ਕੁ ਕਿਸਾਨ ਮੈਨੂੰ ਲੱਗਦਾ ਹੈਗਾ ਸਿਰਫ ਇੱਕ ਗੱਲ ਦੀ ਗਰੰਟੀ ਚਾਹੁੰਦੇ ਸੀ ਵੀ ਤੁਸੀਂ MSP ਸਾਨੂੰ ਲਿਖਤੀ ਰੂਪ ਵਿੱਚ ਦੇ ਦਿਓ, ਮੇਰੇ ਖਿਆਲ ਐਜੀਟੇਸ਼ਨ ਉਦੋਂ ਹੀ ਖਤਮ ਹੋ ਸਕਦੀ ਸੀ। ਸਰਕਾਰਾਂ ਦਾ ਇਹ ਚੱਲਣ ਹੁੰਦਾ ਹੈਗਾ, ਪਹਿਲਾਂ ਤਾਂ ਸਰਕਾਰਾਂ ਨੂੰ ਆਪਣੇ ਅਹੁਦਿਆਂ ਦਾ ਬਹੁਤ ਮਾਣ ਹੰਕਾਰ ਹੁੰਦਾ ਹੈਗਾ, ਜਿਹੜਾ ਲੋਕਾਂ ਨੂੰ ਸਮਝਦੇ ਕੁਛ ਨਹੀਂ ਹੈਗਾ। ਹੁਣ ਜਦੋਂ ਕਿ ਉਹ ਕੱਲ੍ਹ ਦੀ ਜਿਹੜੀ ਮੀਟਿੰਗ ਹੋਈ ਆ 4th round ਦੀ, ਸਰਕਾਰ ਲਗਭਗ ਪੂਰੀ ਤਰ੍ਹਾਂ ਝੁਕ ਗਈ ਹੈਗੀ। ਉਹ ਕਹਿੰਦੇ ਜੀ ਅਸੀਂ ਜਿੰਨੀਆਂ ਵੀ ਕਹੋ ਅਮੈਂਡਮੈਂਟ ਕਰ ਲੈਣ ਲਈ ਤਿਆਰ ਹੈਗੇ। ਹੁਣ ਇਹ ਕਹਿੰਦੇ ਹੈਗੇ ਆ ਕਿਸਾਨ ਵੀ ਤੁਸੀਂ ਇਹ ਜਿਹੜੇ ਕਿਸਾਨੀ ਐਕਟ ਬਣਾਏ ਆ ਇਹ ਬਿਲਕੁਲ ਸਕ੍ਰੈਪ ਕਰੋ। ਸੋ ਇਸ ਤਰ੍ਹਾਂ ਹੀ ਇਹ ਜਿਹੜਾ ਕਰਤਾਰਪੁਰ ਕੋਰੀਡੋਰ 'ਤੇ ਹਜੇ ਆਈਏ, ਹੁਣ ਬਹੁਤ ਸਾਰੇ ਲੋਕ ਆ ਜਿਹੜਾ ਇਹ ਹੈ ਤੁਸੀਂ ਦੇਖ ਰਹੇ ਹੋ ਫੇਸਬੁੱਕ 'ਤੇ, ਆਈ ਐਮ ਪਲੈਨਿੰਗ ਟੂ ਵਿਜ਼ਿਟ ਕਰਤਾਰਪੁਰ ਕੋਰੀਡੋਰ ਇਨ 2021, ਹੂ ਵੁੱਡ ਲਾਈਕ ਟੂ ਮੀਟ ਮੀ ਐਟ ਕਰਤਾਰਪੁਰ ਕੋਰੀਡੋਰ। ਇਸ ਤਰ੍ਹਾਂ ਲੋਕਾਂ ਦੀਆਂ ਪਲੈਨਿੰਗ ਹੈਗੀ ਆ, ਬਾਬੇ ਨਾਨਕ ਵਿੱਚ ਆਸਥਾ ਹੈਗੀ, ਉੱਥੇ ਲੋਕ ਜਾਣਾ ਚਾਹੁੰਦੇ ਹੈਗੇ ਆ। ਕੋਰੀਡੋਰ ਬਹੁਤ ਅੱਛਾ ਅਸਟੈਬਲਿਸ਼ ਹੋ ਗਿਆ, ਪਾਕਿਸਤਾਨ ਸਰਕਾਰ ਨੇ ਉੱਧਰ ਅਰੇਂਜਮੈਂਟ ਵੀ ਅੱਛੇ ਕੀਤੇ ਹੋਏ ਹੈਗੇ, ਗੁਰਦੁਆਰਾ ਸਾਹਿਬ ਕੰਪਲੈਕਸ ਵੀ ਵਧੀਆ ਬਣਿਆ ਹੈਗਾ। ਇਸ ਤਰ੍ਹਾਂ ਹੀ ਇੰਡੀਆ ਪਾਕਿਸਤਾਨ ਹੈਰੀਟੇਜ ਕਲੱਬ ਹੈਗਾ, ਇਹ ਜਿਹੜਾ ਕਿ ਫੇਸਬੁੱਕ 'ਤੇ ਦੋਸਤੀ ਦਾ ਕਲੱਬ ਹੈ, ਇਹਦੇ 52,000 ਮੈਂਬਰ ਬੜੇ ਸ਼ੋਰਟਲੀ ਹੋ ਗਏ ਹੈਗੇ ਆ। ਪਾਕਿਸਤਾਨ ਦੇ ਲੋਕ ਵੀ ਆਪਣੇ ਹੈਰੀਟੇਜ ਬਿਲਡਿੰਗਾਂ ਦੇ ਇੱਥੇ ਫੋਟੋ ਪਾਉਂਦੇ, ਇੰਡੀਆ ਵਾਲੇ ਵੀ ਪਾਉਂਦੇ ਹੈਗੇ ਆ, ਉਹ ਆਪਣੇ ਕੁਛ ਦਾਦਾ ਦਾਦੀ ਨਾਨਾ ਨਾਨੀ ਦੀਆਂ ਯਾਦਾਂ ਜਾਂ ਕਿਹੜੇ ਪਿੰਡ ਦੇ ਸੀ ਇਸ ਹਿਸਾਬ ਨਾਲ ਬੜੀਆਂ ਇਮੋਸ਼ਨਲ ਪੋਸਟਾਂ ਪਾਉਂਦੇ ਹੈਗੇ ਆ। ਭਾਵੇਂ ਕੋਈ ਉਹ ਕਿੰਨੇ ਸਾਲ ਹੋ ਗਏ ਆ, 75-76 ਸਾਲ ਹੋ ਗਏ ਹੈਗੇ, ਫਿਰ ਵੀ ਜਿਹੜੇ ਲੋਕ ਇੱਧਰ ਉੱਧਰ ਜਿਹੜੇ ਹੈਗੇ ਚਲ ਗਏ ਸੀ ਆਪਣੇ ਜਨਮ ਸਥਾਨਾਂ 'ਤੇ ਆਉਣਾ ਚਾਹੁੰਦੇ ਹੈਗੇ, ਜਿਹਦੇ ਕਰਕੇ ਸਰਕਾਰਾਂ ਦੀ ਆਪਸੀ ਟੈਂਸ਼ਨ ਕਰਕੇ, ਵੀਜ਼ਾ ਸਿਸਟਮ ਨਾ ਥਰੂ ਹੋਣ ਕਰਕੇ ਬਹੁਤ ਸਾਰੇ ਲੋਕ ਵਿਚਾਰੇ ਮਰ ਮਰਾ ਕੇ ਉੱਪਰ ਚਲ ਗਏ ਹੈਗੇ। ਇਸ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਗੁਰੂ ਨਾਨਕ ਦੇਵ ਜੀ ਦੇ 551 ਬਰਥ ਯੂਨੀਵਰਸਿਟੀ 'ਤੇ, ਇਟ ਇਜ਼ ਨਾਓ ਟਾਈਮ ਟੂ ਰੀਓਪਨ ਕਰਤਾਰਪੁਰ ਕੋਰੀਡੋਰ। ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ 'ਤੇ ਕਿਹਾ ਸੀ ਵੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹ ਕੋਵਿਡ ਦਾ ਬਹਾਨਾ ਲਾ ਕੇ ਕਰਤਾਰਪੁਰ ਕੋਰੀਡੋਰ ਨੂੰ ਕਿਉਂ ਖੁੱਲ੍ਹਿਆ ਨਹੀਂ ਜਾ ਰਿਹਾ। ਹਾਂ, ਕੋਵਿਡ ਦੀਆਂ ਜੋ ਪ੍ਰੋਟੋਕੋਲ ਜਾਂ ਰਿਸਟ੍ਰਿਕਸ਼ਨ, ਸੋਸ਼ਲ ਡਿਸਟੈਂਸ ਜਾਂ ਜੋ ਵੀ ਹੈਗਾ ਸਰਕਾਰ ਨਿਯਮ ਤੈਅ ਕਰੇ, ਉਸ ਨਿਯਮਾਂ ਦੇ ਤਹਿਤ ਜਿਹੜੇ ਹੈਗੇ ਸ਼ਰਧਾਲੂ
ਜਾ ਸਕਦੇ ਹੈਗੇ, ਪਰ ਅਨਫੋਰਚੁਨੇਟਲੀ ਕਿਉਂਕਿ ਖੁੱਲ੍ਹਿਆ ਨਹੀਂ ਹੈਗਾ, ਇਸ ਕਰਕੇ ਲੋਕਾਂ ਦੀਆਂ ਬਹੁਤ ਆਸਾਂ ਵੀ ਦਾਏ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ। ਇਟ ਇਜ਼ ਟਾਈਮ ਫੋਰ ਸੈਂਟਰ ਟੂ ਓਪਨ ਦਾ ਕਰਤਾਰਪੁਰ ਕੋਰੀਡੋਰ। ਅਤੇ ਇਹਨਾਂ ਨੇ ਕਿਹਾ ਵੀ ਕੋਵਿਡ ਦਾ ਹੁਣ ਮੈਨੂੰ ਲੱਗਦਾ ਕੋਈ ਬਹਾਨਾ ਨਹੀਂ। ਨਾਲ ਹੀ ਇਹਨਾਂ ਨੇ ਜੇ ਐਗਰੀਕਲਚਰ ਲਾਜ ਦੀ ਵੀ ਗੱਲ ਕਹੀ ਜਾਵੇ, ਇਹਨਾਂ ਨੇ ਕੈਪਟਨ ਅਮਰਿੰਦਰ ਨੇ ਖਾਸ ਤੌਰ 'ਤੇ ਕਿਹਾ ਸੀ ਵੀ ਮੈਂ ਪੰਜਾਬ ਅਸੈਂਬਲੀ ਵਿੱਚ ਇਹਨਾਂ ਨੂੰ ਰਿਪੀਲ ਕਰਨ ਦੇ ਐਕਟ ਬਣਾ ਤੇ ਹੈਗੇ, ਜਿਹੜੇ ਕਿ ਗਵਰਨਰ ਸਾਹਿਬ ਕੋਲ ਭੇਜੇ ਹੈਗੇ। ਗਵਰਨਰ ਸਾਹਿਬ ਉਹਨਾਂ ਫਾਈਲਾਂ 'ਤੇ ਉੱਪਰ ਬੈਠ ਗਏ ਹੈਗੇ ਆ ਅਤੇ ਉਹ ਪ੍ਰੈਜ਼ੀਡੈਂਟ ਨੂੰ ਭੇਜ ਨਹੀਂ ਰਹੇ ਹੈਗੇ। ਅਤੇ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਇਹ ਅਵਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੇਇੰਗ ਦੈਟ ਦਾ ਸੈਂਟਰ ਐਗਰੀਕਲਚਰ ਲਾਜ ਵਾਰ ਬੈਨੀਫਿਸ਼ਲ ਫੋਰ ਫਾਰਮਰ। ਪੰਜਾਬ CM ਸੈਡ ਦੈਟ PM ਹੈਡ ਮੇਨਟੇਨਿੰਗ ਦਿਸ ਸਿੰਸ ਬਿਗਨਿੰਗ ਐਂਡ ਦੈਟ ਵਾਜ ਦਾ ਰੀਜ਼ਨ ਪੰਜਾਬ ਹੈਡ ਟੂ ਕਮ ਆਊਟ ਇਨ ਦਾ ਫੋਰਮ ਆਫ ਐਜੀਟੇਸ਼ਨ। ਭਾਵੇਂ ਕਿਸਾਨਾਂ ਨੇ ਸੰਘਰਸ਼ ਸ਼ਾਂਤਮਈ ਰੱਖਿਆ ਹੈਗਾ, ਪਰ ਹੁਣ ਦੇਰ ਬਹੁਤ ਹੋ ਗਈ ਆ। ਕਿਸਾਨਾਂ ਦਾ ਗੁੱਸਾ ਆਕਰੋਸ਼ ਵੱਧਦਾ ਜਾ ਰਿਹਾ ਹੈਗਾ। ਸਰਕਾਰ ਲਗਭਗ ਪੂਰੀ ਤਰ੍ਹਾਂ ਹੁਣ ਕਿਸਾਨਾਂ ਦੇ ਪ੍ਰੈਸ਼ਰ ਥੱਲੇ ਆ ਗਈ। ਜਿਵੇਂ ਉਹਨਾਂ ਦਾ 7 ਮਿੰਟ ਉਹ ਆਪਣੀ ਸਪੀਚ ਦਿੱਤੀ, ਉਹਨਾਂ ਨੇ ਭਾਵੁਕ ਗੁਰੂ ਨੂੰ ਸਪੀਚ ਦਿੱਤੀ, ਪਾਤਰ ਦੀਆਂ ਲਾਈਨਾਂ ਬੋਲੀਆਂ ਅਤੇ ਵੀ ਕਦੇ ਨਜ਼ਰ ਲੱਗ ਗਈ, ਕਹਿੰਦੇ ਸਾਡੇ ਪੰਜਾਬ ਨੂੰ ਕੋਈ ਨਜ਼ਰ ਆ ਰਹੇ ਅਤੇ ਉਸ ਤਰੀਕੇ ਨਾਲ ਅਗਲੇ ਸੀਗਾ ਉਹਨਾਂ ਦਾ। ਪਰ ਗੱਲ ਇਹ ਆ ਵੀ ਉਹਨਾਂ ਨੂੰ ਇਹ ਦੱਸਤਾ ਵੀ ਹੁਣ ਕੰਕਰੀਟ ਤਰੀਕੇ ਨਾਲ ਆਪਦਾ ਫੈਸਲਾ ਲੈ ਕੇ ਆਓ ਜੀ ਅਗਲੀ ਵਾਰ ਬੁਲਾਉਣਾ, ਤਕਰੀਬਨ 9 ਤਰੀਕ ਦੀ ਜਲਦੀ ਮੀਟਿੰਗ ਰੱਖੀ ਆ, ਉਹ ਕਹਿੰਦੇ ਕੰਕਰੀਟ ਫੈਸਲਾ ਲੈ ਕੇ ਆਵਾਂਗੇ। ਮੰਤਰੀ ਦੇ ਨਾਲ ਵੀ ਮੀਟਿੰਗ ਹੋਈ ਸੀ, ਕਿ ਉਸ ਚੀਜ਼ ਦਾ ਵੀ ਜ਼ਿਕਰ ਹੋਇਆ, ਫਿਰ ਪ੍ਰਧਾਨ ਮੰਤਰੀ ਦਾ ਆਪਣਾ ਵਿਊ ਕੀ ਹੈਗਾ ਇਸ 'ਤੇ? ਉਹਦੇ 'ਤੇ ਕੋਈ ਜ਼ਿਕਰ ਨਹੀਂ ਕੀਤਾ ਵੀ ਸਾਡੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ ਹੈ। ਜਦੋਂ ਅਸੀਂ ਚੁੱਪ ਕਰਕੇ ਮੌਨ ਰਿਹਾ, ਕੋ ਦੋਨੇ ਪਾਸੇ ਸਾਇਲੈਂਟ ਰਹੇ, ਤਾਂ ਖੇਤੀਬਾੜੀ ਮੰਤਰੀ ਨੂੰ ਉੱਠ ਕੇ ਜਾਣਾ ਪੈ ਗਿਆ, ਦੁਬਾਰੇ ਲੈ ਕਰਕੇ ਆਇਆ, ਫਿਰ ਉਹਨੇ ਮਗਰ ਰਹਿ ਲਾਈ ਹੋਣੀ ਹੈ। ਉਹਨੇ ਫਿਰ ਆ ਕੇ ਕਿਹਾ ਵੀ ਸਾਨੂੰ ਕੋਈ ਸਮਾਂ ਚਾਹੀਦਾ। ਉਹ ਸਮਾਂ ਚਲੋ ਦੇਣ ਦੀ ਸਾਡੀ ਹੈਗੀ ਸੀ ਵੀ ਸਮਾਂ ਦਿੱਤਾ ਜਾ ਸਕਦਾ, ਕਿਉਂਕਿ ਉਹ ਸਰਕਾਰ ਨੇ ਕੀ ਪ੍ਰੋਸੈਸ ਚਲਾਉਣਾ ਹੈ ਉਹਨਾਂ ਨੂੰ ਰੱਦ ਕਰਨ ਦੀ ਖਾਤਰ। ਕਿੰਨਾ ਸਮਾਂ ਮੰਗ ਰਹੇ ਨੇ ਉਹਨਾਂ ਨੇ? ਤਾਂ ਸਾਨੂੰ ਕਿਹਾ ਜੀ ਪਰਸੋਂ ਵਜੋਂ ਮੀਟਿੰਗ ਦੇ ਵਿੱਚ, ਕਿਉਂਕਿ 8 ਤਰੀਕ ਦਾ ਬੰਦ ਹੈ। ਅਸੀਂ ਕਿਹਾ ਵੀ ਕੱਲ ਨੂੰ ਆਪਾਂ 7 ਤਰੀਕ ਨੂੰ ਮੀਟਿੰਗ ਦੁਬਾਰੇ ਲਾਉਣ ਨੂੰ ਕਹਿੰਦੇ ਹਾਂ ਵੀ ਤੁਸੀਂ ਸਮਾਂ ਇਹਦੀ ਵੀ 1 ਦਿਨ ਦਾ ਲੈ ਲਓ, 2 ਦਿਨ ਦਾ ਲੈ ਲਓ, 3 ਦਿਨ ਦਾ ਲੈ ਲਓ, ਪਰ ਉਹ ਸਮਾਂ ਕਰਕੇ ਕਿਹੜੀਆਂ ਪ੍ਰਪੋਜ਼ਲਾਂ ਸਾਨੂੰ ਪ੍ਰਪੋਜ਼ਲ ਭੇਜ ਦਿਓ, ਅਸੀਂ ਸੋਚ ਕੇ ਆਵਾਂਗੇ। ਬੰਦ ਨੂੰ ਲੈ ਕੇ ਗੱਲ ਇਹ ਆ ਕਿ ਤੁਹਾਨੂੰ ਰੁੱਖ ਤੋਂ ਕੀ ਲੱਗ ਰਿਹਾ ਹੁਣ ਤੱਕ ਦੀ ਜਿਹੜੀ 5ਵੀਂ ਅੱਜ ਗੱਲਬਾਤ ਸੀ ਕਿ ਕਿੱਥੇ ਜਿਹੜੀ ਹੈਗੀ ਆ? ਦੇਖੋ, ਸਰਕਾਰ ਦੀ ਦੋਗਲੀ ਨੀਤੀ ਹੁੰਦੀ ਹੈ ਡਿਫੀਟ ਕਰਨਾ, ਨਿਰਾਸ਼ ਕਰਨਾ, ਥੱਕਾ ਦੇਣਾ, ਅਕਾ ਦੇਣਾ। ਉਦੋਂ ਬਾਅਦ ਜਦੋਂ ਥੱਕੇ ਅੱਕੇ ਬੰਦਿਆਂ ਨਾਲ ਗੱਲ ਦੇ ਬੈਠਾ, ਫਿਰ ਉਹ ਨੀਵੀਂ ਪੱਧਰ ਤੇ ਸਮਝੌਤਾ ਕਰਕੇ ਉੱਠਣਗੇ, ਉਹਨਾਂ ਦੀ ਮਜ਼ਬੂਤੀ ਹੋਜੂਗੀ, ਮਜ਼ਬੂਰੀ ਹੁੰਦੀ ਹੈ। ਤੇ ਸਾਡੀ ਇਹ ਹੈ ਵੀ ਜਿੰਨਾ ਲੰਮਾ ਕਰੋਗੇ ਘੋਲ ਵਿਸ਼ਾਲ ਹੋਊਗਾ, ਉਨੇ ਅਸੀਂ ਤਕੜੇ ਹੋਵਾਂਗੇ ਤੇ ਉਹਨੇ ਵੱਧ ਪ੍ਰਾਪਤੀ ਕਰਾਂਗੇ। ਇਹ 6 ਮਿੰਟਾਂ ਦਾ ਫਰਕ ਹੈ ਸਾਡਾ ਤੇ ਸਰਕਾਰ ਮਤਲਬ ਇਜ਼ਹਾਰ ਆ। ਇਹਨੂੰ ਆਪਾਂ ਕੋਈ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕਿਉਂ ਕਰਦੇ ਹੋ, ਸਗੋਂ ਉਹਨਾਂ ਨੇ ਕਿਹਾ ਵੀ ਤੁਸੀਂ ਪੀਸਫੁਲੀ ਚੱਲਦੇ ਹੋ, ਠੀਕ ਹੈ ਤੁਹਾਡਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹਨਾਂ ਨੇ ਕੋਈ ਇਹ ਕਿਹਾ ਵੀ ਤੁਸੀਂ ਨਾ ਕਰੋ, ਇਹੀ ਜੀ ਕੋਈ ਗੱਲ ਨਹੀਂ। ਜਿਹੜੀਆਂ ਸਰਕਾਰ ਪ੍ਰਪੋਜ਼ਲਾਂ, ਹੁਣ ਦੇਖੋ ਮੰਤਰੀ ਨੇ ਟਾਈਮ ਲਿਆ ਵੀ ਯਾਰ ਇਹ ਕਾਨੂੰਨ ਰੱਦ ਕਰਨਾ ਮੇਰੇ ਕੱਲੇ ਦੇ ਬਸ ਦੀ ਗੱਲ ਨਹੀਂ, ਹੋਰਾਂ ਦੀ ਰਾਏ ਲੈਣੀ ਆਪਣੇ ਵੀ ਸਮਝ ਆਉਂਦੀ ਹੈ। ਜਿੰਨਾ ਚਿਰ ਖੇਤੀਬਾੜੀ ਮੰਤਰੀ ਨੂੰ ਪ੍ਰਧਾਨ ਮੰਤਰੀ ਦਾ ਇਸ਼ਾਰਾ ਨਹੀਂ ਹੁੰਦਾ, ਉਹਨਾਂ ਚਿਰ ਉਹ ਕਾਨੂੰਨ ਵਾਪਸ ਨਹੀਂ ਕਰਦਾ। ਕਿਹੜੀ ਕਿਹੜੀ ਗੱਲਾਂ ਸਰਕਾਰ ਤੁਹਾਡੀਆਂ ਮੰਨ ਗਈ? ਮੈਂ ਕਾਫੀ ਗੱਲਾਂ ਲੱਗਦਾ ਸਰਕਾਰ ਮੰਨਦੀ ਦਿਖੀ ਅੱਜ, ਕਿਹੜੀ ਕਿਹੜੀ ਗੱਲਾਂ? ਦੇਖੋ, ਕੁਛ ਵੀ ਉਹ ਮੰਨ ਗਏ ਜਿਹੜੀਆਂ ਉਹਨਾਂ ਨੇ ਪਹਿਲਾਂ ਕਹੀਆਂ ਹੋਈਆਂ ਨੇ ਵੀ ਅਸੀਂ APMC ਨੂੰ ਮਜ਼ਬੂਤ ਕਰ ਦਿਆਂਗੇ, ਤੇ ਦੂਜੀ ਗੱਲ ਹੈ ਵੀ ਅਸੀਂ ਕੰਟੈਕਟ ਫਾਰਮਿੰਗ ਦੇ ਵਿੱਚ ਕੁਛ ਸੋਧ ਕਰ ਦਿਆਂਗੇ, ਜਾਂ ਉਹ ਕਹਿੰਦੇ ਨੇ ਵੀ MSP ਰਹੂਗੀ। ਇਹ ਜਿਹੜੀਆਂ ਗੱਲਾਂ ਨੇ ਇਹ ਅਮੈਂਡਮੈਂਟ ਹੈ, ਇਹ ਅਮੈਂਡਮੈਂਟ ਅਸੀਂ ਨਹੀਂ ਚਾਹੁੰਦੇ। ਜਿਹੜੀ ਗੱਲ ਅਮੈਂਡਮੈਂਟ ਅਸੀਂ ਨਹੀਂ ਚਾਹੁੰਦੇ, ਅਸੀਂ ਤਾਂ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਹਾਂ। ਇੱਕ ਤੁਸੀਂ ਦੇਖਦੇ, ਤੁਸੀਂ ਮੀਡੀਆ ਵਾਲੇ ਹੋ, ਜੇ ਉਹ ਕਾਨੂੰਨ ਗਲਤ ਨੇ ਅਮੈਂਡਮੈਂਟ ਫੇਰ ਹੀ ਹੋ ਰਹੀ ਹੈ, ਜੇ ਭਲਾ ਉਹਦੇ ਵਿੱਚ ਕਾਨੂੰਨਾਂ ਗਲਤ ਕਾਨੂੰਨਾਂ 'ਚ ਅਮੈਂਡਮੈਂਟ ਹੋ ਰਹੀ ਹੈ ਤਾਂ ਇਹੋ ਜਿਹੇ ਕਾਨੂੰਨ ਰੱਖਣ ਦਾ ਮਤਲਬ ਕੀ ਹੈ? ਅਰਥ ਕੋਈ ਨਹੀਂ ਉਹਦਾ, ਇਸ ਕਰਕੇ ਉਹ ਰੱਦ ਕਰਨ ਦੀ ਮੰਗ 'ਤੇ ਅਸੀਂ ਅੜੇ। ਉਸ ਤੋਂ ਅੱਜ ਅਸੀਂ ਸਾਰਾ ਹਲਕਾ ਭੁਲੱਥ ਦੀ ਇੱਕ ਇੰਪੋਰਟੈਂਟ ਮੀਟਿੰਗ ਕੀਤੀ ਆ,
ਜੋ ਕਿਸਾਨਾਂ ਨੇ ਇੱਕ ਬਹੁਤ ਧੜੱਲੇਦਾਰ ਸੰਘਰਸ਼ ਵਿੱਢਿਆ ਦਿੱਲੀ ਦੇ ਬਾਰਡਰ ਦੇ ਉੱਤੇ, ਉਸ ਮਸਲੇ ਨੂੰ ਲੈ ਕੇ ਸਾਡੇ ਹਲਕਾ ਪਲੱਤ ਦੀ ਸਮੁੱਚੀ ਕਰੀਮ, ਜਿਹੜੇ ਯੋਧੇ ਬੰਦੇ ਨੇ, ਜਿਹੜੇ ਅਣਖੀ ਬੰਦੇ ਨੇ, ਉਹ ਅੱਜ ਸਾਰਿਆਂ ਨੇ ਇੱਥੇ ਬਹਿ ਕੇ ਸਾਡੇ ਮੇਰੇ ਗ੍ਰਹਿ ਵਿਖੇ ਆਣ ਕੇ ਮੀਟਿੰਗ ਕੀਤੀ ਆ। ਔਰ ਅਸੀਂ ਇਹ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਕਿ ਵੈਸੇ ਤਾਂ ਪਹਿਲਾਂ ਹੀ ਬਹੁਤ ਦੁਨੀਆ ਵਿੱਚ ਸਾਰੀ ਗੱਲ ਫੈਲ ਚੁੱਕੀ ਆ ਕਿਸਾਨਾਂ ਦੀ ਆਵਾਜ਼ ਵਿਦੇਸ਼ਾਂ ਵਿੱਚ, ਕੀ ਅਮੈਰੀਕਾ ਅਤੇ ਕੀ ਕੈਨੇਡਾ ਅਤੇ ਕੀ ਨਿਊਜ਼ੀਲੈਂਡ ਅਤੇ ਕੀ ਆਸਟ੍ਰੇਲੀਆ, ਯੂਰਪ। ਪਰ ਹਾਲੇ ਵੀ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਲੋਕ ਜਿੰਨਾ ਯੋਗਦਾਨ ਪਾ ਸਕਣ, ਔਰ ਸਾਰਾ ਯੋਗਦਾਨ ਕੁੱਲ ਟੋਟਲ ਕਿਸਾਨ ਜਥੇਬੰਦੀਆਂ ਦੇ ਝੰਡੇ ਦੇ ਥੱਲੇ ਜਾਂ ਕਾਲਾ ਝੰਡਾ ਰੋਸ ਤਾਂ ਫੜ ਕੇ ਮੋਦੀ ਸਰਕਾਰ ਦੇ ਖਿਲਾਫ਼ ਰੋਸ ਜਤਾਉਣ ਵਾਸਤੇ, ਆਪਾਂ ਸਭ ਨੇ ਅਸੀਂ ਇਹ ਪ੍ਰੋਗਰਾਮ ਉਲੀਕਿਆ ਕਿ ਅਸੀਂ ਪਰਸੋਂ ਸਵੇਰੇ ਇੱਕ ਜੱਥੇ ਦੀ ਸ਼ਕਲ ਦੇ ਵਿੱਚ ਦਿੱਲੀ ਨੂੰ ਰਵਾਨਾ ਹੋਵਾਂਗੇ। ਔਰ ਉੱਥੇ ਦਿੱਲੀ ਜਿਹੜਾ ਬਾਰਡਰ ਕੁੰਡਲੀ ਬਾਰਡਰ 'ਤੇ ਧਰਨਾ ਲੱਗਿਆ, ਸਭ ਤੋਂ ਪਿੱਛੇ ਜਾ ਕੇ ਅਸੀਂ ਉੱਥੇ ਜੁੜਾਂਗੇ। ਔਰ ਬਿਨਾਂ ਕਿਸੇ ਤਸਵੀਰ ਤੋਂ ਜਾਂ ਬਿਨਾਂ ਕਿਸੇ ਹੋਰ ਉੱਥੇ ਸਟੇਜ ਉੱਪਰ ਪਹੁੰਚਣ ਤੋਂ ਆਪਣੀ ਸ਼ਮੂਲੀਅਤ ਬਤੌਰ ਪੰਜਾਬ ਦੇ ਇੱਕ ਸਾਦੇ ਨਾਗਰਿਕ ਅਸੀਂ ਸਾਰੇ ਜਿਹੜੇ ਆ ਇੱਥੋਂ ਪਹੁੰਚ ਕੇ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਾਂਗੇ। ਇਸ ਦੇ ਨਾਲ ਨਾਲ ਮੇਰੀ ਸਮੂਹ ਪੰਜਾਬ ਦੀ ਜਿਹੜੀ ਪੋਲੀਟੀਕਲ ਜਮਾਤ ਆ, ਉਹਨਾਂ ਨੂੰ ਵੀ ਮੇਰੀ ਫਰਿਆਦ ਆ, ਬੇਨਤੀ ਆ, ਜਿੰਨੇ MLA ਸਾਹਿਬਾਨ ਨੇ 115, ਕਿਉਂਕਿ 2 MLA BJP ਦੇ ਸੀਗੇ, ਉਹ ਸ਼ਾਮਿਲ ਨਹੀਂ ਸੀਗੇ ਉਦਣ ਜਿੱਦਣ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਸਾਰਿਆਂ ਨੇ, 115 MLAs ਨੂੰ ਅਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਾਰੀਆਂ ਪਾਰਟੀਆਂ ਦੇ, ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੀਆਂ ਪਾਰਟੀਆਂ ਦੇ ਝੰਡੇ ਪਾਸੇ ਰੱਖ ਦਿਓ ਅਤੇ ਕਿਸਾਨਾਂ ਦੇ ਝੰਡੇ ਦੇ ਥੱਲੇ, ਹਰੇ ਝੰਡੇ ਦੇ ਥੱਲੇ, ਕਿਸਾਨ ਜਥੇਬੰਦੀਆਂ ਦੀ ਕੌਲ 'ਤੇ, ਪੰਜਾਬ ਦੇ ਬਹਾਦਰ ਨੌਜਵਾਨਾਂ ਦੇ ਜੋ ਦ੍ਰਿੜਤਾ ਦਿਖਾਈ, ਜਿਸ ਤਰ੍ਹਾਂ ਨਾਲ ਉਹਨਾਂ ਨੇ ਸਾਰੀਆਂ ਰੁਕਾਵਟਾਂ ਨੂੰ ਭੰਨ ਤੋੜ ਕਰਕੇ ਅਤੇ ਮੋਦੀ ਦੀ ਜਾ ਕੇ ਹੈਂਕੜ ਦਿੱਲੀ ਵਿੱਚ ਭੰਨੇ ਆ, ਉਹਨਾਂ ਦੀ ਕੌਲ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ ਸਾਰੇ ਪੰਜਾਬ 'ਚੋਂ ਆਪਣੇ ਆਪਣੇ ਹਲਕੇ 'ਚੋਂ ਜਿੰਨੇ ਵੀ ਤੁਸੀਂ ਲਿਜਾ ਸਕਦੇ ਹੋ, ਤੁਸੀਂ 100 ਬੰਦਾ ਲਿਜਾ ਸਕਦੇ ਹੋ 100 ਲੈ ਜਾਓ, ਤੁਸੀਂ 500 ਲਿਜਾ ਸਕਦੇ 500 ਲੈ ਜਾਓ, ਤੁਸੀਂ 1000 ਲਿਜਾ ਸਕਦੇ 1000 ਲੈ ਜਾਓ। ਇਸ ਕਰਕੇ ਮੇਰੀ ਉਹਨਾਂ ਸਾਰੇ ਪੋਲੀਟੀਕਲ ਆਗੂਆਂ ਨੂੰ ਅਤੇ ਸਾਡੇ ਸਤਿਕਾਰਯੋਗ MLA ਅਤੇ MP ਸਾਹਿਬਾਨ ਨੂੰ ਇਹ ਵੀ ਮੇਰੀ ਉਹਨਾਂ ਨੂੰ ਬਹੁਤ ਪੁਰਜ਼ੋਰ ਅਪੀਲ ਆ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਹਾਲਾਂਕਿ ਮੈਂ ਪਹਿਲਾਂ ਵੀ ਉਸ ਧਰਨੇ ਵਿੱਚ ਜਾ ਕੇ ਆਇਆ, ਔਰ ਮੈਂ ਦਾਤ ਦਿੰਦਾ ਵਾਂ ਉਹਨਾਂ ਬਹਾਦਰ ਲੋਕਾਂ ਦੀ ਜਿਨ੍ਹਾਂ ਨੇ ਪਾਣੀ ਦੀਆਂ ਬੁਛਾੜਾਂ ਅਤੇ ਕੀ ਮੈਂ ਕਹਿੰਦਾ ਟੇਅਰ ਗੈਸ ਦੇ ਸ਼ੈਲ ਅਤੇ ਵੱਡੇ ਵੱਡੇ ਸਰਕਾਰ ਵੱਲੋਂ ਜਿਹੜੇ ਬੈਰੀਕੇਡ ਲਾਏ ਗਏ ਸੀਗੇ, ਉਹਨਾਂ ਸਭ ਨੂੰ ਛਿੱਕੇ 'ਤੇ ਟੰਗ ਕੇ ਜੋ ਦਿੱਲੀ ਪਹੁੰਚ ਕੇ ਕੀਤਾ, ਉਹਦੇ ਨਾਲ ਇਹ ਸਾਡਾ ਜਿਹੜਾ ਜੰਗ ਹੈਗਾ ਨਾ, ਇਹ ਲਗਭਗ ਜਿੱਤ ਦੇ ਕਿਨਾਰੇ ਦੇ ਉੱਤੇ ਖੜਾ ਵਾ। ਇਸ ਲਈ ਹੁਣ ਜੇ ਆਪਾਂ ਇਹਨੂੰ ਹੋਰ ਧੱਕਾ ਲਾਵਾਂਗੇ ਸਾਰੇ ਪੰਜਾਬ ਦੇ ਵਿੱਚੋਂ, ਤਾਂ ਮੈਂ ਸਮਝੂੰਗਾ ਕਿ ਜਿਹੜੀ ਜਿੱਤ ਆ ਅਵਸ਼ ਆਪਣੀ ਹੋਵੇਗੀ। ਇੱਕ ਇਹਦੇ 'ਚ ਹੋਰ ਅੱਛੀ ਗੱਲ ਮੈਨੂੰ ਜਿਹੜੀ ਨਜ਼ਰ ਆਈ ਆ, ਜਿੱਤ ਹਾਰ ਬਾਅਦ ਦੀ ਗੱਲ ਆ, ਪਰ ਜਿਹੜਾ ਇਹ ਇਸ ਵਕਤ ਜਿਹੜਾ ਐਜੂਟੇਸ਼ਨ ਚੱਲੀ ਆ ਦਿੱਲੀ ਦੇ ਬਾਰਡਰਾਂ ਦੇ ਉੱਤੇ, ਇਹਨੇ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਆਵਾਮ, ਪੰਜਾਬ ਦੇ ਹਰ ਵਰਗ ਦੇ ਲੋਕ, ਹਰ ਧਰਮ ਦੇ ਲੋਕ, ਪੰਜਾਬੀ ਜਿਹੜੇ ਨੇ ਉਹ ਇੱਕ ਥਾਂ ਇਕੱਠੇ ਹੋ ਗਏ ਨੇ। ਕਿਸਾਨ ਜਥੇਬੰਦੀਆਂ ਦੀ ਜਾਇਜ਼ ਮੰਗ ਦੇ ਪਿੱਛੇ ਅਸੀਂ ਸਾਰੇ ਇਕੱਠੇ ਹੋ ਗਏ, ਔਰ ਇਹਦੇ ਨਾਲ ਕੀ ਹੋਇਆ ਕਿ ਦੁਨੀਆ ਭਰ 'ਚ ਬੈਠੇ ਪੰਜਾਬ ਦੇ ਨਾਲ ਤੁਲਕ ਰੱਖਣ ਵਾਲੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਆ, ਜਿਹੜੇ ਵੀ ਪੰਜਾਬੀ ਸੀਗੇ, ਉਹਨਾਂ ਨੂੰ ਇਹ ਪਤਾ ਲੱਗ ਗਿਆ ਵਾ ਕਿ ਸਾਡਾ ਵਿਰਸਾ ਕੀ ਆ, ਸਾਡਾ ਪਿਛੋਕੜ ਕੀ ਆ, ਕਿੱਦਾਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ, ਕਿੱਦਾਂ ਸਾਡੇ ਗੁਰੂ ਸਾਹਿਬਾਨ ਨੇ ਇਨਸਾਨੀਅਤ ਦੇ ਖਾਤਰ ਆਪਣੇ ਛੋਟੇ ਛੋਟੇ ਸਾਹਿਬਜ਼ਾਦੇ ਜਿਹੜੇ ਸੀਗੇ ਉਹਨਾਂ ਨੂੰ ਕੁਰਬਾਨ ਕੀਤਾ, ਜੋ ਕੁਛ ਸਾਡਾ ਪਿਛੋਕੜ ਸੀਗਾ ਨਾ, ਉਹ ਇਸ ਐਜੂਟੇਸ਼ਨ ਨੇ ਉਹ ਯਾਦ ਜਿਹੜੀ ਸੀ ਉਹ ਤਾਜ਼ਾ ਕਰ ਦਿੱਤੀ ਆ, ਬਿਲਕੁਲ ਸਾਰੀ ਹਿਸਟਰੀ ਨੂੰ ਰਿਪੀਟ ਕਰ ਦਿੱਤਾ। ਔਰ ਸ਼ਾਇਦ ਦੁਨੀਆ ਵਿੱਚ ਇੱਦਾਂ ਦੀ ਐਜੂਟੇਸ਼ਨ ਕੋਈ ਹੋਰ ਅੱਜ ਦੇ ਯੁੱਗ ਵਿੱਚ ਨਹੀਂ ਹੋ ਸਕਦੀ, ਕਿਉਂਕਿ ਸਾਰੀ ਦੁਨੀਆ ਜਿਹੜੀ ਹੈਗੀ ਆ ਉਹ ਅੱਗੇ ਨਾਲੋਂ ਬਹੁਤ ਆਰਾਮ ਪ੍ਰਸਤ ਹੋਈ ਆ, ਪਰ ਪੰਜਾਬ ਦੇ ਲੋਕਾਂ ਨੇ ਸਾਬਤ ਕਰ ਦਿੱਤਾ, ਨਾ ਸਿਰਫ ਦਿੱਲੀ ਤੋੜ, ਸਾਰੇ ਬਾਰਡਰ ਅਤੇ ਸਾਰੀਆਂ ਔਕੜਾਂ ਤੋੜ ਕੇ, ਪਰ ਜਿਹੜਾ ਉੱਥੇ ਪਿਛਲੇ 10 ਦਿਨ ਤੋਂ ਇਸ ਠੰਡ ਦੇ ਵਿੱਚ ਉਹ ਬੈਠੇ ਹੋਏ ਨੇ, ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀਆਂ ਦੀ ਅਤੇ ਸਾਡੇ ਜਿਹੜੀ ਸਪਿਰਿਟ ਆ, ਜੋ ਸਾਡੇ ਗੁਰੂ ਸਾਹਿਬ ਭਰ ਕੇ ਗਏ ਸੀਗੇ, ਉਹੀ ਸਪਿਰਿਟ ਅੱਜ ਵੀ ਜਿੰਦੀ ਆ, ਅੱਜ ਵੀ ਜਿੰਦਾ ਵਾ, ਉਹੀ ਸਪਿਰਿਟ ਇਹਨਾਂ ਦੇ ਵਿੱਚ ਆ। ਸਾਡਾ ਫਕਰ ਨਾਲ ਸਾਰਾ ਸਿਰ ਜਿਹੜਾ ਵਾ ਸਾਰੀ ਦੁਨੀਆ ਦੇ ਵਿੱਚ ਉੱਚਾ ਹੋਇਆ। ਔਰ ਮੈਂ NRI ਵੀਰਾਂ ਦਾ, ਭੈਣਾਂ ਦਾ, ਮੈਂ ਦੇਖ ਰਿਹਾ ਸੀ ਔਰਤਾਂ ਵੀ ਬਾਹਰ ਵਿਦੇਸ਼ਾਂ ਵਿੱਚ ਬਹੁਤ ਸਾਥ ਦੇ ਰਹੀਆਂ ਨੇ, ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ, ਕਿਸਾਨ ਜਥੇਬੰਦੀਆਂ ਵੱਲੋਂ ਧੰਨਵਾਦ ਕਰਦਾ, ਸਾਰੇ ਪੰਜਾਬ ਦੇ ਲੋਕਾਂ ਵੱਲੋਂ ਧੰਨਵਾਦ ਕਰਦਾ, ਆਪਣੇ NRI ਦਾ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਮੇਰਾ ਖਿਆਲ ਆ ਉਹਨਾਂ ਨੇ ਹਰ ਮੁਮਕਿਨ ਸਹਾਇਤਾ ਜਿਹੜੀ ਉੱਥੇ ਭੇਜੀ ਆ, ਤੋ ਉਮੀਦ ਕਰਦੇ ਹਾਂ ਕਿ ਆਪਾਂ ਇਸ ਮੋਰਚੇ ਵਿੱਚ ਜਿੱਤ ਪ੍ਰਾਪਤ ਕਰਕੇ ਨਿਕਲਾਂਗੇ। ਔਰ ਜਿਹੜਾ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਗਲਤ ਕਾਨੂੰਨ ਬਣਾਏ ਨੇ ਉਹ ਸਾਰੇ ਰੱਦ ਕਰਵਾ ਕੇ ਨਿਕਲਾਂਗੇ।
ਜੋ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਆ ਉਸ ਨੂੰ ਵੀ ਮਨਾ ਕੇ ਰਵਾਂਗੇ ਤੇ ਜਿਹੜਾ ਪਰਾਲੀ ਵਾਲਾ ਕਾਨੂੰਨ ਬਣਾਇਆ ਜਿਸ ਤੇ 1 ਕਰੋੜ ਰੁਪਈਆ ਲਾਇਆ ਜੁਰਮਾਨਾ ਉਹ ਕਾਲੇ ਕਾਨੂੰਨ ਨੂੰ ਵੀ ਰੱਦ ਕਰਾ ਕੇ ਕਰਾਂਗੇ ਪਰ ਇਹਦਾ ਸਿਹਰਾ ਸਾਰਾ ਜਿਹੜਾ ਵਾ ਉਹ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਸ ਮੋਰਚੇ ਦੀ ਅਗਵਾਈ ਕੀਤੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਹਲੇ ਵੀ ਘਰਾਂ 'ਚ ਬੈਠੇ ਨੇ ਤੁਸੀਂ ਜ਼ਰੂਰ ਜਿੰਨੀ ਵੀ ਹਾਜ਼ਰੀ ਪਹੁੰਚ ਲਾ ਸਕਦੇ ਹੋ ਜਿੰਨੇ ਵੀ ਸੱਜਣ ਇੱਕ ਪਰਿਵਾਰ ਦੇ ਵਿੱਚੋਂ ਜ਼ਰੂਰ ਕੋਸ਼ਿਸ਼ ਕਰਨਾ ਕਿ ਆਪਾਂ ਉਸ ਮੋਰਚੇ ਦੇ ਵਿੱਚ ਪਹੁੰਚ ਕੇ ਅਤੇ ਇਹਦੇ 'ਚ ਆਪਣਾ ਆਪਣਾ ਬਣਦਾ ਜਿਹੜਾ ਯੋਗਦਾਨ ਪਾ ਸਕੀਏ ਤਾਂ ਫਿਰ ਦਿੱਲੀ ਮਿਲਦੇ ਹਾਂ 8 ਤਰੀਕ ਨੂੰ ਸਵੇਰੇ ਦੁਪਹਿਰ ਤੱਕ ਅਸੀਂ ਪਹੁੰਚਣ ਦੀ ਭੁਲੱਥ ਵਾਲਾ ਜੱਥਾ ਬਲਕਿ ਭੁਲੱਥ ਨਹੀਂ ਕਰਕੇ ਜਿਹੜੇ ਸਾਡੇ ਨਾਲ ਸਤਿਕਾਰ ਅਤੇ ਪਿਆਰ ਕਰਦੇ ਨੇ ਸਮੂਹ ਪੰਜਾਬ ਦੇ ਵਿੱਚੋਂ ਲੋਕ ਮੈਂ ਉਹਨਾਂ ਨੂੰ ਵੀ ਸਭ ਨੂੰ ਅਪੀਲ ਕਰੂੰਗਾ ਕਿ ਇੱਕ ਤੁਹਾਨੂੰ ਸਮਾਂ ਦੇ ਦੂੰਗਾ ਕਿ ਤੁਸੀਂ ਮੈਨੂੰ ਉੱਥੇ ਸ਼ੰਭੂ ਬੈਰੀਅਰ ਵਿਖੇ ਉੱਥੇ ਮਿਲਣਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ ਉੱਥੋਂ ਆਪਾਂ ਇਕੱਠੇ ਇੱਕ ਕਾਫਲੇ ਦੀ ਸ਼ਕਲ ਵਿੱਚ ਹਰਾ ਝੰਡਾ ਬੰਨ੍ਹ ਕੇ ਅਤੇ ਕਾਲਾ ਝੰਡਾ ਰੋਸ ਦਾ ਲਾ ਕੇ ਅਤੇ ਦਿੱਲੀ ਦੇ ਇਸ ਵੱਡੇ ਧਰਨੇ ਦੇ ਵਿੱਚ ਆਪਾਂ ਆਪਣੇ ਸਭ ਨੇ ਸ਼ਮੂਲੀਅਤ ਕਰਨੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਆਪਣੇ ਹਲਕਾ ਨਿਵਾਸੀਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਫਤਿਹ ਬੁਲਾਉਣਾ